ਸਤਿ ਸ਼੍ਰੀ ਅਕਾਲ ਜੀ, ਇਸ ਵਲੋਗ ਵਿੱਚ ਤੁਹਾਡਾ ਸਵਾਗਤ ਹੈ। ਹੋਰ ਸਭ ਠੀਕ ਠਾਕ ਹੋ? ਅਸੀਂ ਤਾਂ ਠੀਕ ਠਾਕ ਹੈ। ਮੈਂ ਕੱਟ ਕੇ ਆਈ ਹਾਂ ਪਿਆਜ਼, ਅਤੇ ਤਾਂ ਹੀ ਅੱਖਾਂ ਹੋਈਆਂ ਪਈਆਂ ਲਾਲ। ਅਤੇ ਅੱਜ ਦਾ ਵਲੋਗ ਕਰ ਰਹੇ ਹਾਂ ਸਟਾਰਟ। ਅੱਜ ਇੱਕ ਪਾਰਸਲ ਹੋਰ ਆਇਆ ਹੈ, ਚਲੋ ਦੇਖਦੇ ਹਾਂ ਵੀ ਪਾਰਸਲ ਦੇ ਵਿੱਚ ਕੀ ਆਇਆ ਹੈ। ਹਾਂਜੀ, ਅੱਜ ਆਇਆ ਇਹ ਵਾਲਾ ਪਾਰਸਲ। ਚਲੋ ਇਹਨੂੰ ਕਰਦੇ ਹਾਂ ਓਪਨ, ਅਤੇ ਦੇਖਦੇ ਹਾਂ ਇਸ ਪਾਰਸਲ ਦੇ ਵਿੱਚ ਕੀ ਆਇਆ। ਹਾਂਜੀ, ਇਹ ਪੰਜ ਪੀਸ ਹੈਗੇ ਆ ਗਰੋ ਬੈਗ, ਯਾਨੀ ਕਿ ਇਹਦੇ ਵਿੱਚ ਪਲਾਂਟਸ ਵਗੈਰਾ ਉਗਾਉਣ ਵਾਸਤੇ ਆ। ਵਧੀਆ ਤਣੀਆਂ ਲੱਗੀਆਂ ਹੋਈਆਂ, ਮਜ਼ਬੂਤ ਕੱਪੜੇ ਦੇ ਬਣੇ ਹੋਏ ਆ। ਅਤੇ ਇਹ ਆਪਾਂ ਪੋਟਸ ਜਿਹੜੇ ਆ ਫਿਲ ਕਰਕੇ ਰੱਖਣੇ ਆ ਛੱਤ 'ਤੇ, ਅਤੇ ਇਹਨਾਂ ਦੇ ਵਿੱਚ ਤਿਆਰ ਕਰਨੀਆਂ ਸਬਜ਼ੀਆਂ। ਇਹ ਪੰਜ ਪੀਸ ਆਏ ਆ 495, ਯਾਨੀ ਅਬਾਊਟ 500 ਦੇ ਨੇੜੇ ਹੀ ਆ। ਅਤੇ ਵਧੀਆ ਸਿਲਾਈ ਵਗੈਰਾ ਵੀ ਵਧੀਆ ਕਰ ਰੱਖੀ ਇਹਨਾਂ ਦੀ, ਰਾਊਂਡ ਨਾਲੇ ਹੈਂਗਿੰਗ ਹੈ, ਬੱਦਰੀਆਂ ਲੱਗੀਆਂ ਹੋਈਆਂ ਆ। ਚਲੋ ਜੀ, ਇਹਨਾਂ ਨੂੰ ਕਰਾਂਗੇ ਤਿਆਰ, ਅਤੇ ਛੱਤ 'ਤੇ ਸਾਰੇ ਤਿਆਰ ਕਰਕੇ ਪੂਰੀ ਛੱਤ ਭਰ ਦੇਣੀ ਹੈ ਗਮਲਿਆਂ ਦੇ ਨਾਲ, ਅਤੇ ਵਿੱਚ ਤਿਆਰ ਕਰਨੀ ਆ ਵੈਜੀਟੇਬਲਸ ਅੱਡ ਅੱਡ ਤਰ੍ਹਾਂ ਦੀਆਂ। ਜੀ, ਗਰਮੀ ਬਹੁਤ ਜ਼ਿਆਦਾ ਆ, ਅਤੇ ਹੁਣ ਸੂਪੀ ਆ ਗਾਂ, ਤਾਂ ਮੈਂ ਉਸ ਲਈ ਪਾ ਰਹੀ ਹਾਂ ਗੁੜ। ਅਤੇ ਚਲੋ ਵਧੀਆ, ਸਾਡੇ ਘਰ ਦੁੱਧ ਆ ਗਿਆ, ਗਾਂ ਨੂੰ ਗੁੜ ਪਾਉਣਾ ਆ। ਗੁੜ ਨਹੀਂ ਖਾਂਦੇ ਹੁਣ, ਇਹਨੂੰ ਬੱਚੀ ਚੱਟੀ ਜਾਂਦੀ ਆ। ਇੱਧਰ ਲਾਇਆ ਕੂਲਰ ਗਾਂ ਵਾਸਤੇ, ਤੇ ਹੁਣ ਇਹਦੇ ਕੋਲੇ ਨਹੀਂ ਆਉਣ ਦਿੰਦੀ ਗੀ। ਗੁੜ ਖਾ ਲਾ, ਬਦਾਮ ਰੋਟੀ ਚ ਪਾ ਕੇ ਇਹਦੇ ਕਰਦੀ ਸੇਵਾ। ਤਾਂ ਤੁਸੀਂ ਆਓ, ਮੈਨੂੰ ਡਰ ਲੱਗਦਾ। ਸੋਟੀ ਚੱਕੋ ਉੱਪਰ, ਹੈ ਨਾ ਸੋਟੀ ਖਾ ਲੇ, ਸਰ ਕਰ ਜਾਣਗੇ ਫਿਰ। ਗਰਮੀ ਬਹੁਤ ਜ਼ਿਆਦਾ ਹੈ, ਉਹ ਦੂਜੀ ਵੀ ਆਉਂਦੀ ਚੱਟਣ ਵਾਸਤੇ। ਹਾਂ ਸਹੀ ਗੱਲ ਹੈ, ਤੇ ਮਾਰੂਗੀ ਵੀ, ਹੁਣ ਪਤਾ ਨਹੀਂ ਲੱਗਿਆ, ਉਹ ਹੌਲੀ ਦਿਨ ਚੱਟਦੀ ਹੈ। ਸਾਰੀ ਉੱਠਣ ਦੀ ਤਿਆਰੀ ਕਰ ਰਹੀ, ਵਧੀਆ ਆਪੇ ਉੱਠੂਗੀ, ਠੀਕ ਸਹੀ ਹੈ, ਮਾਰੋ ਜੰਪ। ਹਾਂਜੀ, ਗਰਮੀ ਬਹੁਤ ਜ਼ਿਆਦਾ ਆ, ਅਤੇ ਹੁਣ ਮੈਂ ਗਾਂ ਵਾਸਤੇ ਧਰ ਰਹੀ ਸੀਗੀ ਕਾੜਾ। ਅਤੇ ਦੁਪਹਿਰ ਦੇ ਵੱਜੇ ਹੋਏ ਆ 2:30 ਕੁ ਦਾ ਟਾਈਮ ਹੈ, ਬਹੁਤ ਜ਼ਿਆਦਾ ਗਰਮੀ ਹੈ। ਔਰ ਮੰਮੀ ਹੈ ਨਹੀਂ ਇੱਥੇ, ਹੁਣ ਮੰਮੀ ਨੂੰ ਫੋਨ ਕਰਕੇ ਸੂਚਨਾ ਦਿੰਦੇ ਹਾਂ ਵੀ ਗਾਂ ਸੂਤੀ ਆ ਅਤੇ ਵੱਛੀ ਆਈ ਆ। ਕਾੜਾ ਧਰਤਾ ਗਾਂ ਦਾ, ਅਤੇ ਰਿੱਝ ਰਿਹਾ ਪੂਰਾ ਜੀ, ਕਾੜਾ ਰਿੱਝ ਗਿਆ ਆ, ਅਤੇ ਹੁਣ ਮੈਨੂੰ ਰੱਖਦੀ ਆ ਠੰਡਾ ਹੋਣਾ। ਅਤੇ ਅੱਜ ਵਧੀਆ 2 ਪਾਰਸਲ ਆ ਗਏ ਆ, ਇੱਕ ਕਾਲੇ ਰੰਗ ਦੇ ਜਿਹੜੇ ਸੀਗੇ ਗਰੋਹ ਬੈਗ, ਅਤੇ ਇੱਕ ਆਈ ਆ ਸਾਡੀ ਕਾਲੇ ਰੰਗ ਦੀ ਬੱਚੀ। ਅਤੇ ਚਲੋ ਜੀ, ਇਸ ਵਲੋਗ ਦਾ ਐਂਡ ਇੱਥੇ ਕਰਦੇ ਹਾਂ, ਕਿਉਂਕਿ ਅੱਜ ਮੈਂ ਹੈਗੀ ਹਾਂ ਬਿਜ਼ੀ, ਅਤੇ ਮਿਲਦੇ ਹਾਂ ਨੈਕਸਟ ਵਲੋਗ ਵਿੱਚ। ਤਦ ਤੱਕ ਜੀ, ਸਤਿ ਸ਼੍ਰੀ ਅਕਾਲ ਜੀ।